ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ। ਮੈਂ ਤੇ ਪਹਿਲੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਵਾਲਮੀਕਿ, ਹਰ ਹਰ ਵਾਲਮੀਕਿ, ਜੈ ਭੀਮ, ਜੈ ਸੰਵਿਧਾਨ, ਤੇ ਨਾਲੇ ਮੈਂ ਤੁਹਾਡੇ ਚੈਨਲ ਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਕੋਲ ਆਏ ਜੇ ਵਰਜਨ ਲੈਣ ਵਾਸਤੇ, ਤੇ ਮੈਂ ਬੜਾ ਤੁਹਾਡਾ ਧੰਨਵਾਦੀ ਹਾਂ। ਇਹ ਜਿਹੜਾ ਇਲਜ਼ਾਮ ਲਾਇਆ, ਮੈਂ ਦੇਖੋ ਕੋਈ ਪ੍ਰਧਾਨ ਆਪਣੇ ਆਪ ਤੋਂ ਕੋਈ ਬਣ ਜਾਂਦਾ, ਮੇਰੇ ਕੋਲ ਉਹਦੇ ਸਬੂਤ ਨੇ, ਮੇਰੇ ਕੋਲ ਮੈਂਬਰਾਂ ਦੇ ਔਰ ਮਹੱਲੇਦਾਰਾਂ ਦੇ ਸਹਿਨ ਨੇ, ਮਤਾ ਪਾ ਕੇ ਮੈਨੂੰ ਬਣਾਇਆ। ਮੈਂ ਉਸ ਤਰ੍ਹਾਂ ਆਪਣੇ ਆਪ 'ਤੇ ਕੋਈ ਬਣਦਾ ਨਹੀਂ ਪ੍ਰਧਾਨ, ਅਤੇ ਨਾ ਮੈਂ ਬਣਿਆ। ਇਹ ਮੈਂ ਇਹਨੂੰ ਪੁੱਛਣਾ ਚਾਹੁੰਦਾ ਵਾਂ ਬਲਬੀਰ ਸਿੰਘ ਬੱਬੀ ਨੂੰ ਵੀ ਤੈਨੂੰ ਚੇਅਰਮੈਨ ਕਿੰਨੇ ਬਣਾਇਆ? ਤੂੰ ਸੰਸਥਾ ਦਾ ਚੇਅਰਮੈਨ ਆ, ਉਹ ਵੀ ਮੰਦਰ ਭਗਵਾਨ ਵਾਲਮੀਕਿ ਧਰਮਸ਼ਾਲਾ ਕਮੇਟੀ, ਧਰਮਸ਼ਾਲਾ ਤਾਂ ਉੱਥੇ ਹੈ ਹੀ ਨਹੀਂ। ਅਤੇ ਸ਼ੋ ਕੁਮਾਰ ਦਾ ਤੁਸੀਂ ਐਫੀਡੇਵਿਟ ਲਵਾਇਆ, ਘਰ ਦਾ ਉਹਨੇ ਐਡਰੈਸ ਦਿੱਤਾ, ਅਤੇ ਧਰਮਸ਼ਾਲਾ ਆਪਣੇ ਘਰ ਬਣਾਉਣਾ ਤੇ ਮੰਦਰ 'ਚ ਕੀ ਲੈਣ ਆਏ ਜੇ? ਮੰਦਰ ਦਾ ਤੁਸੀਂ ਐਡਰੈਸ ਦਿੱਤਾ, ਉਹ ਤੁਹਾਡਾ ਨੌਰਥ ਦਾ ਐਡਰੈਸ ਹੈ, ਅਤੇ ਨੌਰਥ 'ਚ ਜਾਓ ਤੁਸੀਂ, ਈਸਟ 'ਚ ਕੀ ਲੈਣ ਆਏ ਜੇ? ਪੈਸੇ ਪੈਸੇ ਲਾਉਣੇ ਸੀ ਤੇ ਨੌਰਥ 'ਚ ਲਾਉਂਦੇ, ਈਸਟ 'ਚ ਕੋਈ ਲਾਏ ਪੈਸੇ? ਤੁਹਾਡਾ ਮੈਂ ਇੱਕ ਇੱਕ ਪਰੂਫ ਮੇਰੇ ਕੋਲ ਆ। ਦੇਖੋ ਭਾਈਦਿਆਂ ਨੂੰ, ਦੇਖੋ ਮੇਰੀ ਸੁਣੋ ਗੱਲ, ਮੇਰੇ ਕੋਲ ਤੁਹਾਡਾ ਇੱਕ ਇੱਕ ਪਰੂਫ ਆ, ਸਭ ਕੁਛ ਮੇਰੇ ਕੋਲ ਆ। ਇਹ ਮੈਂ ਆਉਣ ਵਾਲੇ ਕੁਝ ਇੱਕ ਦੋ ਦਿਨਾਂ ਦੇ ਵਿੱਚ ਮੈਂ ਸਾਰੇ ਖੁਲਾਸੇ ਕਰਾਂਗਾ ਵੀ ਤੁਸੀਂ ਮੇਰੇ 'ਤੇ ਝੂਠੇ ਇਲਜ਼ਾਮ ਕਿਉਂ ਲਾ ਰਹੇ ਤੇ, ਜਿਹੜਾ ਤੁਸੀਂ ਇਹ ਮੇਰੇ 'ਤੇ ਇਲਜ਼ਾਮ ਲਾਇਆ ਚੋਰੀ ਦਾ, ਇਹ ਕਿਸ ਬੇਸ 'ਤੇ ਲਾ ਰਿਹਾ ਜੀ? ਮੇਰੀ ਸੁਣੋ ਗੱਲ ਭਲਵਾਨ ਜੀ, ਮੈਂ ਭਲਵਾਨ ਜੀ ਕਿਹਾ ਪਰ ਮੈਂ ਕਹਿਣ ਦਾ ਦਿਲ ਨਹੀਂ ਕਰਦਾ, ਪਰ ਤੈਨੂੰ ਮਰ, ਲੇਕਿਨ ਤੂੰ ਸਿਰਫ ਤੈਨੂੰ ਮੈਂ ਤੂੰ ਕਿਹਾ ਕਰਨਾ ਇਸ ਕਰਕੇ ਵੀ ਇਹ ਜਿਹੜਾ ਮੇਰੇ 'ਤੇ ਇਲਜ਼ਾਮ ਲਾਇਆ ਨਾ ਚੋਰੀ ਦਾ, ਜੇ ਮੈਨੂੰ 5 ਦਿਨ ਦੇ ਵਿੱਚ ਇਸ ਮਸਲੇ ਦੀ FIR ਦੀ ਕਾਪੀ ਨਾ ਲਿਆ ਕੇ ਦਿੱਤੀ, ਅਤੇ ਮੈਂ ਤੇ ਬਲਬੀਰ ਸਿੰਘ ਬੱਬੀ ਅਤੇ ਮਨੋਹਰ ਲਾਲ ਦੇ ਮੈਂ ਮਾਨਹਾਨੀ ਦਾ ਦਾਅਵਾ ਕਰਾਂਗਾ। ਮਗਰ ਇਹਨਾਂ ਇੱਕ ਗੱਲ ਕਹੀ, ਜੰਮੂ ਇਹ ਭੋੜਾ ਹੈ, ਠੀਕ ਹੈ, ਇਹ ਭੋੜਾ ਹੈਗਾ, ਇਹਦੀ ਬਗੈਰ ਅਖਬਾਰ 'ਚ ਵੀ ਲੱਗੀ ਹੋਈ ਹੈ। ਮੈਂ ਕਹਿੰਦਾ ਸਰ, ਇਹ ਮੇਰੇ 'ਤੇ FIR ਉਹ ਦਿਖਾ ਦੇਣ, ਜੇ ਮੇਰੇ 'ਤੇ FIR ਹੋਈ ਆ ਦਰਜ, ਇਹ ਦੋਵੇਂ ਜਾਣੇ ਮਨੋਹਰ ਲਾਲ ਅਤੇ ਬਲਬੀਰ ਸਿੰਘ ਬੱਬੀ, ਜੇ ਮੈਨੂੰ FIR 5 ਦਿਨ ਦੇ ਵਿੱਚ ਨਾ ਦਿਖਾਈ ਤਾਂ ਮੈਂ ਇਹਨਾਂ 'ਤੇ ਮਾਨਹਾਨੀ ਦਾ ਦਾਅਵਾ ਠੋਕਾਂਗਾ। ਬੱਬੀ ਜੀ ਨੇ ਕਿਹਾ ਜੀ, ਇਹਨਾਂ ਨੇ ਚੈਨ ਚੋਰ ਹੈਗੇ, ਉੱਥੋਂ ਚੈਨ ਚੋਰੀ ਲਾਂਦੇ ਫੜੇ ਗਏ ਸੀ, ਇਸ ਕਰਕੇ ਉਹ ਇੱਥੇ ਆ ਗਏ ਸੀ, ਅਤੇ ਭੋੜਾ ਹੈਗਾ। ਮਗਰ ਜੇ ਤੁਸੀਂ, ਤੁਹਾਨੂੰ ਮੇਰੇ ਇੱਥੇ ਜਿਹੜਾ ਹੈਗਾ ਵਾਲਮੀਕਿ ਮੰਦਰ ਦਾ ਪ੍ਰਧਾਨ ਬਣਾਇਆ ਗਿਆ ਸੀ, ਕਹਿੰਦੇ ਪ੍ਰਧਾਨ ਹੈ ਨਹੀਂ, ਇਹ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਆ, ਅਤੇ ਜਿਹੜੇ ਪੈਸੇ ਆਉਂਦੇ ਗ੍ਰਾਂਟ ਆਈਏ ਉਹ ਹਜੇ ਤੱਕ ਉੱਥੇ ਬਈ ਇਹਦੀ ਕੋਈ ਲਈ ਨਹੀਂ ਗੀ, ਸਾਡੇ 'ਤੇ ਇਲਜ਼ਾਮ ਲਾ ਰਹੇ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਪਹਿਲੇ ਤਾਂ ਇਹ ਮੈਨੂੰ ਕਹਿੰਦਾ ਕਿ ਮੈਂ ਜੰਮੂ ਤੋਂ ਭਗੌੜਾ, ਮੈਂ ਮੇਰੇ 'ਤੇ ਇਲਜ਼ਾਮ ਲਾ ਰਿਹਾ ਵੀ ਚੋਰੀ ਦਾ, ਚੋਰ ਤਾਂ ਤੂੰ ਵੱਡਾ, ਸਭ ਤੋਂ ਪਹਿਲਾਂ 5 ਬੋਰੀਆਂ ਸੀਮਰ ਦੀਆਂ ਲੈ ਗਿਆ ਮੰਦਰ 'ਚ, ਚੁੱਕ ਕੇ ਅਜੇ ਤੱਕ ਤੂੰ ਵਾਪਸ ਨਹੀਂ ਕੀਤੀਆਂ, 10 ਸਾਲ ਹੋ ਗਏ, ਚੋਰ ਤਾਂ ਵੱਡਾ ਤੂੰ, ਉੱਤੋਂ ਖਾ ਗਿਆ ਮੰਦਰ ਦੇ ਪੈਸੇ, ਹੈ ਅਫਸਰਾਂ ਨਾਲ ਮਿਲ ਕੇ ਸਰਕਾਰੀ ਗਰਾਂਟ ਖਾ ਗਿਆ ਉਹਨਾਂ ਨਾਲ ਮਿਲ ਕੇ, ਉਹ ਜੇ ਇਹ ਸੱਚੇ ਹੋਣ ਫਿਰ ਠੇਕੇਦਾਰ ਸਾਨੂੰ ਪੈਸੇ ਕਿਉਂ ਭਰਦਾ ਪਿਆ? ਇੱਕ ਗੱਲ ਦਾ ਹੋਰ ਜਵਾਬ ਦਿੰਦੇ ਹੋ, ਇਹਨਾਂ ਨੇ ਕਿਹਾ ਜੀ, ਮੇਰੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿੰਦਾ ਜੀ, ਮੇਰਾ
ਇੱਕ ਗਵਾਹ ਬੰਦਾ ਨਹੀਂ ਆ, ਹਜ਼ਾਰਾਂ ਗਵਾਹ ਨੇ। ਮੋਬਾਈਲ ਖੋਲ੍ਹ ਲੈ, ਦੇਖੋ ਜੀ ਮੈਂ ਹਰ ਸਾਲ ਕੁੜੀਆਂ ਨਾਲ ਵਿਆਹ ਕਰਦਾ, ਜੇ ਮੈਂ ਸੱਚਾ ਹਾਂ ਤਾਂ ਆਹ ਮੈਂ ਤੁਹਾਨੂੰ ਸਾਰਾ ਕੁਝ ਦਿਖਾ ਰਿਹਾ, ਅਤੇ ਸਾਰੇ ਮੇਰੇ ਬੰਦੇ ਗਵਾਹ ਨੇ। ਜੇਕਰ ਮੈਂ ਪੈਸਾ ਖਾਂਦਾ ਤਾਂ ਉਹ ਮੇਰੇ 'ਤੇ ਕੋਈ ਇਲਜ਼ਾਮ ਨਾ ਲਾਉਣਾ। ਅੱਜ ਮੈਂ ਐਤਕੀ ਮੇਰਾ 6ਵਾਂ ਫੰਕਸ਼ਨ ਹੈਗਾ ਸੀ, ਇਹ ਸਰਾਸਰ ਝੂਠ ਮਾਰਦਾ, ਇੱਕ ਨੰਬਰ ਦਾ ਠੱਗਿਆ ਬਲਵੀਰ ਸਿੰਘ ਬੱਬੀ, ਇਹਨੇ ਠੱਗੀਆਂ ਠੱਗੀਆਂ ਦੇ ਟੱਕ ਜਾਲਿਆ ਬਾਅਦ ਠੱਗੀ ਮਾਰਨੀ, ਹੁਣ ਦੇਖੋ ਵਾਲਮੀਕ ਮੰਦਰ ਦੇ ਨਾਂ 'ਤੇ ਮਾਰਨੀ ਠੱਗੀ। ਜਿਵੇਂ ਅਸ਼ਵਨੀ ਨੇ ਨਾ ਹੀ ਖੋਲ ਲਾਇਆ ਸੀ, ਕਹਿੰਦੇ ਆ ਇਹ ਨਾ ਮੰਦਰ ਆਉਂਦਾ ਨਾ ਕੋਈ ਕਰਦਾ, ਇਹਨੇ ਪੁੱਛੋ ਪ੍ਰਧਾਨ ਹੈਗਾ ਕੀ ਚੀਜ਼ ਦਾ। ਮੇਰੀ ਗੱਲ ਸੁਣੋ, ਇਹ ਵੀ ਲੱਗਦਾ ਮੈਂ ਇਹਨੂੰ ਪੁੱਛ ਕੇ ਜਾਣਾ ਮੰਦਰ, ਮੈਂ ਅਦੋਂ ਜਾਣਾ ਅਦੋਂ ਨਹੀਂ ਜਾਣਾ, ਮੈਂ ਆਪਣੀ ਮਰਜ਼ੀ ਨਾਲ ਜਾਵਾਂ ਨਾ ਜਾਵਾਂ, ਮੈਂ ਮੱਥਾ ਟੇਕ ਕੇ ਆਵਾਂ ਨਾ ਟੇਕਾਂ, ਇਹ ਕੌਣ ਹੁੰਦਾ ਮੈਨੂੰ ਪੁੱਛਣ ਵਾਲਾ? ਕਹਿੰਦਾ ਮੇਰੇ ਹੋਟਲ ਦੇ ਨਾਲ ਤਿੰਨ ਚਾਰ ਦੁਕਾਨਾਂ ਛੱਡ ਕੇ ਉੱਥੇ ਬੈਠਾ ਰਹਿੰਦਾ। ਮੇਰਾ ਮਹੱਲਾ ਮੈਂ ਉੱਥੇ ਬਹਾਂ, ਹੁਣ ਮੇਰਾ ਮਹੱਲਾ ਤਾਂ ਮੈਂ ਆਪਣੇ ਮਹੱਲੇ 'ਚ ਬਹਾਂਗਾ, ਜਦੋਂ ਮੈਨੂੰ ਟਾਈਮ ਲੱਗਦਾ ਉਦੋਂ ਮੈਂ ਮੰਦਰ 'ਚ ਵੀ ਜਾ ਕੇ ਬਹਿਣਾ। ਮੰਦਰ ਕਿਸੇ ਦਾ ਥੋੜ੍ਹਾ, ਮੰਦਰ ਸਾਰੀ ਬਰਾਦਰੀ ਦਾ। ਮੇਰੀ ਜਦੋਂ ਤੁਹਾਨੂੰ ਪ੍ਰਧਾਨ ਬਣਾਈ ਜੋ ਸੇਰੇ ਪਈ ਉਹ ਦਿਖਾਓ ਫੋਟੋ, ਉਹ ਵੀ ਦਿਖਾ ਦੇਣਾ ਜੀ। ਦਿਖਾਓ ਜੀ, ਉਹ ਵੀ ਦਿਖਾ ਦੇਣਾ, ਉਹ ਵੀ ਦਿਖਾ ਦੇਣਾ, ਇੱਕ ਮਿੰਟ, ਉਹ ਇੱਥੇ ਹੈਗੀ ਆ, ਉਹ ਵੀ ਠੀਕ ਹੈ। ਆਹ ਜਿਹੜੇ ਪ੍ਰਧਾਨ ਬਣਾਏ ਸੇਰੇ ਪਾਏ ਸੀ, ਇਹ ਕਿੱਥੇ ਪਏ ਸੀ? ਵਾਲਮੀਕੀ ਮੰਦਰ ਦੇ ਅੰਦਰ ਹੈ ਜੀ, ਮੰਦਰ ਦੀਆਂ ਫੋਟੋਆਂ ਵਾ। ਹਾਂਜੀ, ਮੈਂ ਸਾਰੀਆਂ ਦਿਖਾ ਦਿੰਦਾ। ਆਹ ਵੇਖੋ, ਸੇਰੇ ਵੀ ਪੈਂਦੇ ਆ, ਲੱਡੂ ਵੀ ਲੋਕ ਖਵਾਉਂਦੇ, ਖੁਸ਼ੀ ਦੇ ਵਿੱਚ ਇੰਨੀ ਕੁ ਖੁਸ਼ੀ ਸੀ ਮੇਰੀ ਪ੍ਰਧਾਨ ਬਣਦੇ ਦੀ। ਕਦੋਂ ਬਣਾਇਆ ਗਿਆ ਜੀ ਪ੍ਰਧਾਨ? ਇਹ ਜੀ ਮੈਂ 2021 'ਚ ਬਣਿਆ ਜੀ, ਮਾਰਚ ਮਹੀਨੇ। ਅੱਛਾ ਜੀ, ਮਾਰਚ ਦੀ 4 ਤਰੀਕ। ਅੱਛਾ ਜੀ, ਚੇਂਜ। ਹਾਂਜੀ, ਅਤੇ ਪ੍ਰਧਾਨ ਬਣਾ, ਹਾਂ ਮੈਨੂੰ ਪ੍ਰਧਾਨ ਬਣਾਇਆ। ਵੇਖੋ ਆਹ ਫੋਟੋਆਂ ਵਿੱਚ ਝੂਠ ਤਾਂ ਨਹੀਂ ਮਾਰਦੇ, ਮੰਦਰ ਦੀਆਂ ਫੋਟੋਆਂ। ਫਿਰ ਕਿਸ ਬੇਸ 'ਤੇ ਉਂਗਲ ਚੁੱਕੀ ਗਈ ਤੁਹਾਡੇ ਦੇ ਕਿ ਤੁਸੀਂ ਪ੍ਰਧਾਨ ਨਹੀਂ ਹੈਗੇ? ਫਿਰ ਉਹਨਾਂ ਨੇ ਇੱਕ ਇਲਜ਼ਾਮ ਤੁਹਾਡੇ ਦੇ ਹੋਰ ਲਾਇਆ ਜੀ ਕਿ ਇਹ ਪਹੋੜਾ ਹੈਗਾ, ਜੰਮੂ ਭੱਜਾ ਆ, ਇਹਦੇ ਬਾਰੇ ਕੀ ਕਹੋਗੇ? ਅਤੇ ਜੇ ਤੁਸੀਂ ਇੱਕ ਪ੍ਰਧਾਨ ਨਹੀਂ ਹੈਗੇ ਫਿਰ ਤੁਹਾਨੂੰ ਸਵੇਰੇ 'ਤੇ ਤੁਸੀਂ ਕੁੜੀਆਂ ਦੇ ਵਿਆਹ ਕਰ ਰਹੇ ਹੋ, ਕਹਿੰਦੇ ਇੱਕ ਕੁੜੀ ਦਾ ਵਿਆਹ ਕਰਦਾ, ਕਹਿੰਦਾ 52 ਕੁੜੀਆਂ ਦੇ ਬਾਕੀ ਪੈਸੇ ਖਾ ਜਾਂਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬੱਬੀ ਭਾਈ ਨੇ ਕਿਹਾ, ਠੀਕ ਹੈ, ਰਮੇਸ਼ ਜੀ ਨੇ ਕਿਹਾ, ਤਿੰਨਾਂ ਨੇ ਇਲਜ਼ਾਮ ਲਾਏ ਤੁਹਾਡੇ ਦੇ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪਹਿਲੇ ਤਾਂ ਮੈਂ ਦੱਸਦਾ ਮਨੋਹਰ ਲਾਲ ਦਾ, ਅੱਛਾ ਜੀ, ਇੱਕ ਨੰਬਰ ਦਾ, ਇਹ ਵੀ ਠੱਗ। ਇਹਨੇ ਜਦੋਂ 2001 'ਚ ਸੰਸਥਾ ਬਣਾਈ ਅਸੀਂ, ਬਣਾਉਣ ਵਾਲਾ ਵੀ ਮੈਂ, ਉਦੋਂ ਮੈਂ ਪ੍ਰਧਾਨ ਬਣਿਆ ਸੀ, ਅਤੇ ਇਹ ਉਹਦੇ ਤੋਂ ਪਹਿਲਾਂ ਇਹਨੇ ਸੁਧੀਰ ਮਹਾਜਨ ਨੂੰ 2 ਦੁਕਾਨਾਂ ਵੇਚੀਆਂ ਸੀ 60,000 ਰੁਪਏ ਦੀਆਂ, 60,000 ਰੁਪਏ ਦੀਆਂ 2 ਦੁਕਾਨਾਂ ਦੇ ਕੇ, ਅਤੇ ਇਹ ਪੈਸੇ ਖਾ ਕੇ ਭੱਜ ਗਿਆ। ਜਦੋਂ ਮੈਂ ਪ੍ਰਧਾਨ ਬਣਿਆ, ਮੈਂ ਉੱਥੇ ਕੋਈ ਕਿਰਾਇਆ ਨਹੀਂ ਦਿੰਦਾ, ਇਹ ਪੈਸੇ ਸਾਰੇ ਉੱਥੇ ਟਕਰਾ ਕੇ ਜਾਂਦਾ ਸੀ ਲੈ ਮਨੋਹਰ ਲਾਲ। ਫਿਰ ਜਦੋਂ ਮੈਂ ਉੱਥੇ ਪ੍ਰਧਾਨ ਬਣਿਆ, ਮੈਂ ਸਾਰੇ ਦੁਕਾਨਦਾਰਾਂ ਦਾ ਕਿਰਾਇਆਨਾਮਾ ਲਿਖਾਇਆ, ਅੱਜ ਵੀ ਮੇਰੇ ਨਾਂ ਦੇ ਉੱਤੇ ਕਿਰਾਏਨਾਮੇ ਹੈਗੇ ਆ। ਇਹ ਕਿਰਾਏਨਾਮਾ ਲਿਖਾਇਆ, ਫਿਰ ਸਾਰੇ ਦਾ ਮੈਂ ਕਿਰਾਇਆ ਚਾਲੂ ਕੀਤਾ ਵੀ ਅੱਜ ਤੋਂ ਬਾਅਦ ਕਿਸੇ ਨੂੰ ਕਿਸੇ ਨੂੰ ਪੈਸਾ ਨਹੀਂ ਦੇਣਾ, ਅਤੇ ਕਿਰਾਇਆ ਚਾਲੂ ਹੋ ਗਿਆ ਜੀ। ਅੱਛਾ, ਫਿਰ ਮੁੜ ਕੇ ਮੈਂ ਸੁਧੀਰ ਮਹਾਜਨ ਕੋ, ਸੁਧੀਰ ਮਹਾਜਨ ਕੋ 2 ਦੁਕਾਨਾਂ ਖਾਲੀ ਕਰਾਈਆਂ। ਬੋਲੀਏ ਬੋਲੀਏ। ਦੋ ਦੁਕਾਨਾਂ ਮੈਂ ਖਾਲੀ ਕਰਾਈਆਂ ਉਹਨਾਂ ਕੋ ਰੋਬ ਦੇ ਨਾਲ, ਵੀ ਮੈਂ ਕਿਹਾ ਜੀ ਇਹ ਮੰਦਰ ਦੀ ਪ੍ਰੋਪਰਟੀ ਆ, ਤੁਸੀਂ ਇੱਥੇ ਕਿਉਂ ਕਬਜ਼ਾ ਕੀਤਾ? ਕਹਿੰਦਾ ਜੀ ਮੈਂ ਮਨੋਹਰ ਲਾਲ ਕੋ ਦੁਕਾਨਾਂ ਲਈਆਂ। ਮੈਂ ਕਿਹਾ ਮਨੋਹਰ ਲਾਲ ਕੋ ਲੈ, ਇੱਥੇ ਨਹੀਂ ਤੈਨੂੰ ਅਸੀਂ ਦੇਣੀ ਕੋਈ ਵੀ ਦੁਕਾਨ। ਉਹਨੂੰ ਬਾਹਰ ਕੱਢ ਕੇ ਮੈਂ ਦੁਕਾਨਾਂ ਮੰਦਰ ਦੀਆਂ, ਮੰਦਰ ਨੂੰ ਦਵਾਈਆਂ, ਔਰ ਉਹ ਵੀ ਪੈਸੇ ਜਿਹੜੇ ਆ ਮੰਦਰ ਦੇ ਲੱਗੇ ਨੇ ਸਾਰੇ। ਉਹ ਪਹਿਲੇ ਉੱਥੇ ਕੁਛ ਵੀ, ਇਹ ਥੱਲੇ ਤੋਂ ਲੈ ਕੇ ਉੱਪਰ ਤੱਕ ਢਾਂਚਾ ਮੇਰੇ ਹੱਥੀ ਬਣਿਆ। ਇਹ 10 ਲੱਖ ਦਾ ਜਿਹੜਾ ਗ੍ਰਾਂਟ ਮਿਲੀ ਹੈ, ਕਹਿੰਦੇ ਡੀਸੀ ਸਾਹਿਬ ਕੋਲ ਪਏ ਆ, ਇਹਦਾ ਹਿਸਾਬ ਹੋ ਗਿਆ? ਇਹਦਾ ਕੋਈ ਹੋਇਆ, ਕੋਈ ਅੱਗੇ ਪਿੱਛੇ ਪੈਸੇ ਹੋਏ ਆ? ਤੁਸੀਂ ਕਹਿ ਰਹੇ ਸੀ 1,70,000 ਰੁਪਇਆ ਇਹਨਾਂ ਨੇ ਟੈਕਸ ਭਰਿਆ ਵਗੈਰਾ, ਬਾਕੀ ਕਹਿ ਰਹੇ ਆ ਕਿ
ਤਿੰਨ ਚਾਰ ਤਿੰਨ ਲੱਗਾ ਉੱਪਰ ਲੱਗਾ, ਬਾਕੀ ਜਿਹੜਾ 5 ਲੱਖ ਦਾ ਤੁਸੀਂ ਮੰਗਿਆ ਹਜੇ ਤੱਕ ਵੀ ਤੁਹਾਨੂੰ ਪੈਸੇ ਨਹੀਂ ਦਿੱਤੇ ਗਏ, 3 ਲੱਖ 'ਚ ਗੱਲ ਹੋਈ ਹੈ, 3 ਲੱਖ ਮਿਲ ਗਿਆ ਕਿ ਮਿਲਣਾ ਹਜੇ? ਹਜੇ ਮਿਲਣਾ ਜੀ। ਅੱਛਾ ਮਿਲਿਆ ਨਹੀਂ, ਅੱਜ ਦਾ ਡੈਮ ਸੀ। ਅੱਛਾ ਅੱਜ ਦਾ ਡੈਮ ਹੀ ਸਾਡਾ ਨਿਕਲ, ਜਿਹੜੇ ਹਰਪਾਲ ਸਾਹਿਬ SP ਨੇ ਕਿਹਾ ਸੀ ਕਿ ਅੱਜ ਤੁਹਾਨੂੰ ਪੈਸੇ ਤੁਹਾਡੇ ਕੋਲ 'ਚ ਪੈਣਗੇ, ਅਤੇ ਉਹਨਾਂ ਨੇ ਫੋਨ ਕਰਕੇ ਕਹਿਤਾ ਕਿ ਅੱਜ ਨਹੀਂ ਕੱਲ੍ਹ। ਹਾਂ ਤੇ ਉਹਨਾਂ ਜੇ ਨਾ ਪੈਣਗੇ ਕੋਈ ਕਾਰਵਾਈ ਕਰੋਗੇ? ਨਾ ਪੈਣਗੇ ਤੇ ਅਸੀਂ ਉਹਨਾਂ ਦੇ ਉੱਪਰ ਜਿਹੜੇ ਮੁਲਾਜ਼ਮ ਹੈਗੇ ਨੇ ਜੇਈ SDO ਐਕਸ਼ਨ ਠੇਕੇਦਾਰ ਤੇ ਕਾਰਵਾਈ ਕਰਾਵਾਂਗੇ। ਜੇ ਤੁਹਾਡੀ ਗੱਲ ਨਾ ਮੰਨੀ ਗਈ ਕੱਲ੍ਹ ਤੱਕ ਅੱਗੋਂ ਤੁਸੀਂ ਕਾਰਵਾਈ ਕਰੇ ਇਹ ਕਰਾਂਗੇ। ਜੇ ਤੁਹਾਡੇ ਤੁਸੀਂ ਉਹਨਾਂ ਨੇ ਤੁਹਾਡੇ ਦੇ 3 ਨਾਂ ਲਾਏ ਆ, ਚੋਰੀ ਦਾ, ਠੀਕ ਹੈ, ਭਗੋੜੇ ਦਾ, ਠੀਕ ਹੈ, ਇੱਕ ਮੰਦਰ ਦਾ ਕੱਖ ਨਹੀਂ ਲੱਗਦਾ ਤੇ ਆ ਕੇ ਕਿਰਾਇਆ ਮੰਗਦਾ ਤੇ ਕਿਰਾਇਆ ਬੰਦ ਕਰਤਾ ਹੈ, ਤੇ ਇਹਨਾਂ ਦੇ ਵਿੱਚ ਤੁਸੀਂ ਕੀ ਇਹਨਾਂ ਦੇ ਕੰਪਲੇਂਟ ਕਰੋਗੇ, ਕੀ ਕਰੋਗੇ ਇਹਨਾਂ ਨੂੰ ਬਾਰੇ? ਕਿਰਾਇਆ ਤੇ ਸਰ ਮੈਂ ਬੰਦ ਕਰਵਾਇਆ ਇਹਨਾਂ ਦਾ, ਇਹ ਕਿਰਾਇਆ ਮੰਗਣ ਜਾਂਦੇ ਸੀ ਝੋਲੀਆਂ ਚੁੱਕ ਚੁੱਕ ਕੇ ਮੈਨੂੰ ਕਿਰਾਇਆ ਦੇ, ਆ ਬਲਬੀਰ ਸਿੰਘ ਬੱਬੀ ਠੱਗ, ਇਹ ਕਿਰਾਇਆ ਮੰਗਣ ਜਾਂਦਾ ਸੀ ਉੱਥੇ। ਉਹ ਉਂਗਲ ਧਾਰੇ ਚੁੱਕੀ ਗਈ ਨਾ, ਉਂਗਲ ਧਾਰੇ ਚੁੱਕਦੀ, ਮੈਂ ਇਹ ਕਿਰਾਇਆ ਮੰਗਦਾ ਸੀ, ਮੈਂ ਇਹਨਾਂ ਨੂੰ ਲੈਣ ਨਹੀਂ ਦਿੰਦਾ, ਫਿਰ ਮੈਂ ਦੁਕਾਨਦਾਰਾਂ ਤੇ ਕਰਤਾ ਕੇਸ, ਉਹ ਕੇਸ ਅਜੇ ਵੀ ਚੱਲਦਾ ਪਿਆ ਵਾ।